कर सकते हो। गुरप्रीत थोड़ा पिंड केड़ा? मेरा पिंड सर ताजवाला डिस्ट्रिक्ट हुशियारपुर। केड़ा पिंड? ताजवाल सर। काजूवाल? ताजवाल टी ए जे डब्ल्यू ए एल। ताजवाल हां जी। तहसील केड़ा? डिस्ट्रिक्ट हुशियारपुर सर। तहसील केड़ी है जी? हुशियारपुर सर। हुशियारपुर भी तहसील है, जिला भी हुशियारपुर है। हां जी हां जी। आई सी। सो थोड़े फादर का नाम की है? श्री हर ब्लॉक। हां जी श्री हर ब्लॉक। थोड़ी आवाज प्रॉपर ने स्पीकर ऑन किया हुआ है तुसी? एक मिनट रुको सर। स्टॉप स्पीकर। श्री हर ब्लॉक। हां तुसी जदों भी किसी ने गल करदे हो ना तुसी टेक्नोलॉजी नु महसूस ना करो, स्पीकर नु बंद करके गल करो, नहीं तो मैं स्टोरी नु इत्थे ड्रॉप करने मेरे को पूरे हक ने। और फ्री ऑफ कॉस्ट से अपन टाइम ला रहे हैं, तुसी कई बार मजाक समझते हो इस स्टोरी नु। और तुसी आप अप्रोच किया है, फर्स्ट ऑफ टेल मी वन थिंग, व्हाई यू टर्न ऑन स्पीकर? स्पीकर क्यों ऑन किया सी? यू टेल मी व्हाई इज दैट? सॉरी सर मम्मी हुन बंद आई। यू मस्ट लिसन व्हाट आई एम सेइंग, यू कांट प्ले अराउंड दिस स्टोरी प्लीज। ਤੁਹਾਡੇ ਲੋਕਾਂ ਨੂੰ ਸਮੱਸਿਆ ਹੈ ਕਿ ਤੁਸੀਂ ਵਟਸਐਪ ਨੂੰ ਯੂਜ਼ ਕਰਦੇ ਹੋ, ਸਾਨੂੰ ਅੱਧੀ ਰਾਤ ਨੂੰ ਫੋਨ ਕਰਦੇ ਹੋ, ਬਾਰ ਬਾਰ ਫੋਨ ਕਰਦੇ ਹੋ, ਸਾਡਾ ਸਾਥ ਨਹੀਂ ਦੇ ਰਹੇ। ਗੁਰਪ੍ਰੀਤ ਇੱਥੇ ਰਾਤ ਜਿਹੜਾ ਆ ਸਾਡੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕ ਡਿਸਟਰਬ ਹੁੰਦੇ ਨੇ। ਠੀਕ ਹੈ ਸੌਰੀ ਸਰ। ਯਾ ਆਈ ਐਮ ਸੌਰੀ ਇਫ ਯੂ ਟੇਕ ਐਨੀ ਮਿਸਟੇਕ ਆਈ ਐਮ ਗੋਇੰ ਟੂ ਡ੍ਰੌਪ ਯੂ ਐਂਡ ਯੂ ਵਿਲ ਬੀ ਚਾਰ ਸ਼ੀਟ ਲਾਵਾਂਗੇ ਅਸੀਂ। ਠੀਕ ਹੈ ਜੀ। ਇਹ ਥ੍ਰੈਟ ਨਹੀਂ ਹੈ, ਚਾਰ ਸ਼ੀਟ ਮਤਲਬ ਇਹ ਨਹੀਂ ਪੁਲਿਸ ਨੂੰ ਲਾਉਣੀ ਹੈ, ਚਾਰ ਸ਼ੀਟ ਸਾਡੀ ਜਿਹੜੀ ਮਰਿਆਦਾ ਹੈ ਉਹਦੇ ਵਿੱਚ ਚਾਰ ਸ਼ੀਟ ਹੋ ਸਕਦੇ ਤੁਸੀਂ। ਅੱਛਾ ਜੀ। ਗੁਰਪ੍ਰੀਤ ਤੁਹਾਡੀ ਉਮਰ ਕਿੰਨੀ ਹੈ? सर मेरी सर उम्र 24 साल है। 24 साल। शादी कितनी उम्र में हुई सी? सर 23 साल जी। ओके जी। शादी किस डेट में हुई, कब हुई? सर 13 अप्रैल में हुई थी मेरी, 2019 को। 2019 को। शादी किस बैंक ठाल में हुई? तुसी गुरु महाराज हजूर में नामा ले चुके हो? हां जी हां जी सर। तुसी मैरिज रजिस्टर करा चुके हो? हां जी सर। आई सी। शादी जिस लड़की ਨਾਲ ਹੋਈ ਹੈ ਉਹਦਾ ਨਾਮ ਕੀ ਹੈ? ਸਰ ਉਹਦਾ ਨਾਮ ਮਨਮੀਤ ਕੌਰ ਬੈਂਸ ਹੈ ਜੀ। ਮਨਮੀਤ? मनमीन सर। स्पेलिंग की है? एम ए एन एम डबल ई एन के ए यू आर कौर बी ए। मनमीन कौर। मनमीन कौर। हाँ जी। फादर नाम की है? ओना नाम सरदार दिलावर सिंह जी। दिलावर सिंह। मदर का नाम? ओना नाम जसपाल कौर जी। इन्हें पिंड केड़ा, जिला केड़ा? इन्हों का पिंड खड़ौदी है, जिला हुशियारपुर। पिंड केड़ा? खड़ौदी जी। मैं समझ नहीं सकिया, तुसी फिर दोबारा स्पीकर ऑन कर लिया? नहीं 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 सर, हुण तो ऑफ ही है। खड़ौदी है सर। खड़ौदी। हाँ जी। तहसील केड़ी है? तहसील उन्होंने गड़शां कराई। थोड़े तो किन्नी दूरी ते है? साढ़े तो सर होना 20 किलोमीटर होना जी। तुसी कट्ठे पढ़े हो कॉलेज स्कूल च? नहीं नहीं सर। ओदी उम्र किन्नी है? ओदी उम्र सर 19 प्लस है। 19 प्लस है, तो 4 साल का फर्क है। हां जी। छोड़ कितना पैसा खर्च आया? सर टोटल साडा खर्चा आया जी 17 लाख रुपया होया जी। 17 प्लस हो गया जी। 17 लाख रुपये करते खर्चे ਤੁਸੀਂ? सर मैं ਤਾਂ ਸਾਰੀ ਸਾਰਾ ਲਿਖਿਆ ਮੈਂ ਸਾਰਾ ਕੁਝ। ਮੈਂ ਸਰ ਪੁੱਛ 17 ਲੱਖ ਰੁਪਏ ਤੁਸੀਂ ਫੀਸ ਤਾਰੀ ਹੈ ਜਾਂ ਕਾਤੇ ਖਰਚੇ? ਜਸਟ ਟੈਲ ਮੀ। ਸਰ ਫੀਸਾਂ ਵੀ ਤਾਰੀਆਂ, ਸਾਰਾ ਕੁਝ, ਏਅਰ ਟਿਕਟ ਵੀ ਅਸੀਂ ਦਿੱਤੀ ਹੈ ਜੀ। ਪਹੁੰਚ ਗਈ ਇਹ ਮਤਲਬ ਕਿ ਜਿਹੜੀ ਫੀਸ ਤਾਰੀ ਹੈ ਤੁਸੀਂ ਕਿਹੜੀ ਤਰੀਕ ਨੂੰ ਤਾਰੀ ਹੈ? ਵਿਆਹ ਤੋਂ ਪਹਿਲਾਂ ਤਾਰੀ ਹੈ? ਹਾਂਜੀ ਵਿਆਹ ਤੋਂ ਪਹਿਲਾਂ ਤਾਰੀ ਹੈ ਜੀ। ਸੋ ਤੁਸੀਂ ਸ਼ਾਦੀ ਕਰਨ ਦਾ ਕਾਰਨ ਤੁਹਾਡਾ ਕਿ ਇਹ ਵਿਆਹ ਤੁਸੀਂ ਇਸ ਲੜਕੀ ਨਾਲ ਕਰ ਲਈਏ ਤੇ ਤੁਹਾਨੂੰ ਆਲਰੇਡੀ ਇਸ ਤੁਹਾਡੀ ਲੜਕੀ ਦੇ ਕੋਲ ਆਲਰੇਡੀ ਆਈਲਟ ਕੀਤੀ ਹੋਈ ਸੀ? ਹਾਂਜੀ ਹਾਂਜੀ ਸਰ। ਵੀਜ਼ਾ ਲੱਗਾ ਹੋਇਆ ਸੀ ਪਹਿਲਾਂ ਆਲਰੇਡੀ? ਆਮ ਰਾਈਟ। ਹਾਂਜੀ ਹਾਂਜੀ ਪਹਿਲਾਂ ਵੀਜ਼ਾ ਲੱਗਾ ਹੋਇਆ ਸੀ, ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਪਤਾ ਲੱਗਾ ਕਿ ਵਿਆਹ ਫਿਰ ਤਦ ਹੋਇਆ ਕਿ ਇਸ ਲੜਕੀ ਵਾਲੇ ਨੂੰ ਪੈਸੇ ਚਾਹੀਦੇ ਉਹਨੇ ਫੀਸ ਦੇ, ਤੁਸੀਂ ਐਗਰੀਮੈਂਟ ਕੀਤਾ ਹੋਣਾ ਕਿ ਅਸੀਂ ਪੈਸੇ ਤਾਰ ਦਿੰਦੇ ਆ, ਤੁਹਾਡਾ ਵਿਆਹ ਕਰ ਲੈਂਦੇ, ਤੂੰ ਫਿਰ ਬਾਅਦ ਸਪਾਂਸਰ ਕਰੀ। ਇਹ ਸੱਚ ਹੈ? ਹਾਂਜੀ। ਵੈਰੀ ਗੁੱਡ। ਸੋ ਤੁਸੀਂ ਇਹ ਸ਼ਾਦੀ ਆ, ਇਹ ਸ਼ਾਦੀ ਇੱਕ ਲਾਲਚ ਵਿੱਚ ਕਰਾਈ ਆ, ਪੈਸੇ ਦਿੱਤੇ ਨੇ। ਔਰ ਲੜਕੀ ਜਿਹੜੀ ਆ ਤੁਹਾਡੇ ਨਾਲ ਕਿੰਨੇ ਦਿਨ ਰਹੀ ਆ? ਸਰ ਮੇਰੇ ਕੋਲ ਇੱਕ ਵਿਆਹ ਵਾਲੇ ਦਿਨ ਰਹੀ ਆ, ਇੱਕ ਦੂਜੇ ਦਿਨ ਰਹੀ ਆ, ਉਸ ਤੋਂ ਬਾਅਦ ਤੀਜੇ ਦਿਨ ਇਹਦੇ ਘਰ ਦੇ ਆ ਕੇ ਲੈ ਗਏ ਜੀ ਇਹਨੂੰ। ਆਈ ਸੀ। ਵੈਰੀ ਗੁੱਡ।
ਚੰਗਾ ਕੀਤਾ ਕਿ ਤੁਹਾਡੇ ਨਾਲ ਉਹਨਾਂ ਨੇ ਧੋਖਾ ਨਹੀਂ ਕੀਤਾ, ਧੋਖਾ ਤੁਸੀਂ ਕੀਤਾ ਆ। ਯੂ ਸ਼ੁੱਡ ਅੰਡਰਸਟੈਂਡ ਗੋਡ ਡੈਮ, ਤੁਸੀਂ ਸ਼ਾਦੀ ਜਿਹੜੀ ਆ ਉਹਨੂੰ ਪਤਾ ਸੀ ਆਇਲਟ ਕੀਤੀ ਹੋਈ ਆ, ਤੁਸੀਂ ਕੈਨੇਡਾ ਆਉਣ ਦੀ ਖਾਤਰ ਪੈਸੇ ਦਿੱਤੇ ਆ, ਉਸ ਕੁੜੀ ਜਿਹੜੀ ਆ ਵਿਆਹ ਕਰਾ ਲਿਆ ਲਾਮਾਲੀ ਗੁਰੂ ਗ੍ਰੰਥ ਸਾਹਿਬ ਹਜ਼ੂਰੀ ਵਿੱਚ, ਉਹਨੇ ਰਿਲੇਸ਼ਨ ਨਹੀਂ ਬਣਾਏ, ਦੋ ਰਾਤਾਂ ਤੇਰੇ ਕੋਲ ਰਹੀ ਆ, ਵਾਟਸ ਕੁਕਿੰਗ? ਇਹਦਾ ਮਤਲਬ ਕਿ ਤੁਸੀਂ ਫਰਾਡ ਕਰ ਰਹੇ ਲੋਕ ਕੈਨੇਡਾ ਦੇ ਸਿਸਟਮ ਨਾਲ। ਤੁਸੀਂ ਇੱਕ ਹਸਬੈਂਡ ਬਣੇ ਉਹਦੇ ਜੇ ਨਹੀਂ ਬਣੇ? ਟੈਲ ਮੀ ਟਰੂ ਬੇਟਾ। ਸਰ ਨਹੀਂ ਬਣਿਆ ਜੀ। ਤੁਸੀਂ ਬਣੇ ਕਿਉਂ ਨਹੀਂ ਹਸਬੈਂਡ? ਤੁਹਾਡੇ ਨਾਲ ਦੋ ਰਾਤਾਂ ਰਹੀ ਆ, ਤੂੰ ਵਿਆਹ ਕਰਾਇਆ ਆ, ਤੂੰ ਫਿਰ ਰਿਲੇਸ਼ਨ ਕਿਉਂ ਨਹੀਂ ਬਣਾਇਆ? ਆਪਣੀ ਉਹਨੂੰ ਵਾਈਫ ਕਿਉਂ ਨਹੀਂ ਬਣਾਇਆ? ਸਰ ਮੈਂ ਤੁਹਾਨੂੰ ਦੱਸਦਾ, ਸਰ ਮੈਂ ਨਾ ਤੂੰ ਆਪਣੀ ਵਾਈਫ ਬਣਾਇਆ ਜਾਂ ਉਹਨੂੰ ਆਪਣੀ ਭੈਣ ਬਣਾਇਆ? ਟੈਲ ਮੀ ਵਨ ਥਿੰਗ, ਕਮ ਔਨ ਬੇਬੀ। ਸਰ ਮੈਂ ਉਹਨੂੰ ਕਿਹਾ ਉਸ ਚੀਜ਼ ਲਈ, ਉਹ ਪਰ ਉਹਨੂੰ ਮਨਾ ਕਰ ਦਿੱਤਾ ਜੀ। ਕੀ ਚੀਜ਼ ਲਈ ਕਿਹਾ? ਵਟ? ਸਰ ਮੈਂ ਉਹਨੂੰ ਰਿਲੇਸ਼ਨ ਬਣਾਉਣ ਲਈ ਕਿਹਾ ਸਰ। ਹਾਂ, ਉਹਨੇ ਮਨਾ ਕਰ ਦਿੱਤਾ, ਕਹਿੰਦੀ ਮੈਂ ਨਹੀਂ ਬਣਾਉਣਾ, ਮੈਂ ਰੈਡੀ ਨਹੀਂ ਇਸ ਕੰਮ ਲਈ। ਮੈਂ ਕਿਉਂ ਨਹੀਂ ਰੈਡੀ? ਵੀ ਹੁਣ ਤਾਂ ਜੀ ਹਸਬੈਂਡ ਵਾਈਫ ਹਾਂ, ਪੱਕਾ ਵਿਆਹ ਹੋਇਆ ਸਾਡਾ। ਹਾਂ ਹਾਂ, ਤੇ ਫਿਰ? ਤੇ ਕਹਿੰਦੀ ਮੈਂ ਇਸ ਚੀਜ਼ ਲਈ ਰੈਡੀ ਨਹੀਂ, ਮੈਂ ਜਦੋਂ ਤੈਨੂੰ ਉਧਰ ਸੱਦ ਲਿਆ, ਕਹਿੰਦੀ ਮੈਂ ਸਾਰਾ ਕੁਝ ਫੇ ਕਰੂੰਗੀ, ਮੈਂ ਜੀ ਇਸ ਚੀਜ਼ ਲਈ ਰੈਡੀ ਨਹੀਂ ਸਰ। ਨਹੀਂ ਨਹੀਂ, ਵਿਆਹ ਤੂੰ ਨਾ ਕਰਾਇਆ, ਉਹ ਤੇਰੀ ਵਾਈਫ ਹੈ, ਤੂੰ ਹਸਬੈਂਡ ਹੈ। ਤੂੰ ਵਾਈਫ ਹੋਦੀ ਜਾਂ ਉਹ ਵਾਈਫ ਹਸਬੈਂਡ ਤੇਰਾ? ਸਰ ਮੈਂ ਤਾਂ ਉਹਨੂੰ ਬਹੁਤ ਕਿਹਾ ਜੀ, ਪਰ ਨਹੀਂ ਉਹ ਰੈਡੀ ਨਹੀਂ ਹੋਈ ਸਰ। ਬਿਕੋਜ਼ ਤੇਰੇ ਵਿੱਚ ਕਾਟ ਸੀ। ਯੂ ਸ਼ੁੱਡ ਅੰਡਰਸਟੈਂਡ ਕਿ ਮੈਂ ਵਿਆਹ ਕਰਾਇਆ ਆ, ਤੁਸੀਂ ਰਿਲੇਸ਼ਨ ਬਣਾਏ ਨਹੀਂ ਗਈ, ਤਾਂ ਤੁਸੀਂ ਦੋ ਦਿਨ ਤੱਕ ਰਹੀ ਆ। ਤੈਨੂੰ ਪਤਾ ਸੀ ਆਲਰੇਡੀ ਕਿ ਇੰਨੀ ਤਰੀਕ ਨੂੰ ਮੇਰੇ ਵਿਆਹ ਹੋਣਾ, ਤਾਂ ਇੰਨੀ ਤਰੀਕ ਨੂੰ ਚੱਲ ਜਾਣਾ, ਤੈਨੂੰ ਪਤਾ ਸੀ ਕਿ ਇੰਨੀ ਤਰੀਕ ਨੂੰ ਚੱਲ ਜਾਣਾ ਜੇ ਵਿਆਹ ਤੋਂ ਬਾਅਦ ਪਤਾ ਲੱਗਾ? ਟੈਲ ਮੀ ਟਰੂ। ਸਰ ਮੈਨੂੰ ਪਤਾ ਜੀ, ਕਿਉਂਕਿ ਵੀਜ਼ਾ ਉਹਦਾ ਪਹਿਲਾਂ ਹੀ ਲੱਗਾ ਸੀਗਾ ਸਰ। ਪਹਿਲਾਂ ਲੱਗਾ ਹੋਇਆ ਸੀ, ਉਹਨੂੰ ਕੋਈ ਫੀਸ ਦੀ ਲੋੜ ਸੀ, ਤੇ ਜਿਸ ਕਰਕੇ ਤੁਸੀਂ ਵਿਆਹ ਕਰ ਲਿਆ ਫਟਾਫਟ। ਹੁਣ ਤੁਸੀਂ ਕੀ ਮਹਿਸੂਸ ਕਰ ਰਹੇ ਹੋ? ਤੁਸੀਂ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਪਬਲਿਕ ਨੂੰ? ਸਰ ਮੈਂ ਤਾਂ ਹੁਣ ਇਹ ਸਾਬਤ ਕਰਨਾ ਚਾਹੁੰਦਾ, ਮੈਂ ਸਰ ਪੱਕਾ ਵਿਆਹ ਕੀਤਾ ਸੀ, ਨਾ ਕਿ ਕੱਚਾ ਕੀਤਾ ਸੀਗਾ ਸਰ। ਪੱਕੀ ਦੀ ਤਾਂ ਕੋਈ ਨਿਸ਼ਾਨੀ? ਤੁਸੀਂ ਰਜਿਸਟਰ ਕਰਾਈ ਮੈਰਿਜ? ਹਾਂਜੀ ਹਾਂਜੀ, ਰਜਿਸਟਰ ਕਰਾ ਲਈ ਸਰ। ਉਹ ਜਦੋਂ ਉਹਨੇ ਰਿਲੇਸ਼ਨ ਨਹੀਂ ਬਣਾਇਆ ਸਾਨੂੰ, ਉਦੋਂ ਥੋੜਾ ਜਿਹਾ ਹੋਣ ਲੱਗਾ ਵੀ ਇਹ ਸਰ ਇਸ ਕਾਰਨ ਕਰ ਲਈ। ਹੋਲਡ ਔਨ 1 ਸੈਕਿੰਡ। ਤੁਹਾਡਾ ਵਿਆਹ 13 ਅਪ੍ਰੈਲ ਨੂੰ ਹੁੰਦਾ ਆ, ਲੜਕੀ ਕਿੰਨੇ ਦਿਨ ਤੁਹਾਡੇ ਰਹਿੰਦੀ ਆ? ਲੜਕੀ ਸਿਰਫ ਸਰ ਇੱਕ ਵਿਆਹ ਵਾਲਾ ਦਿਨ ਰਹੀ ਆ, ਇੱਕ ਦੂਜਾ ਦਿਨ ਰਹੀ ਆ। ਅੱਛਾ, ਦੂਜੇ ਦਿਨ ਤੋਂ ਬਾਅਦ 15 ਤਰੀਕ ਨੂੰ ਉਹਦੇ ਘਰ ਦੇ ਆ ਕੇ ਲੈ ਗਏ ਸ਼ਾਮ ਨੂੰ ਜੀ। 15 ਨੂੰ ਲੈ ਗਏ? ਦੋ ਦਿਨ ਵੀ ਤੁਸੀਂ ਕਿੱਥੇ ਰਹੇ? ਹਾਂਜੀ ਘਰੇ ਰਹੇ ਜੀ। ਕਿਤੇ ਨਹੀਂ ਗਏ? 15 ਤੋਂ ਬਾਅਦ ਤੁਸੀਂ ਮਿਲੇ ਆ ਕੁੜੀ ਨੂੰ? 15 ਤੋਂ ਬਾਅਦ ਸਰ ਉਹਦੀ ਘਰ ਦੇ ਕਹਿ ਗਏ ਕਿ 16 ਤਰੀਕ ਨੂੰ ਆ ਜਾਓ, ਕੱਲ ਨੂੰ ਆ ਜਾਓ, ਮਤਲਬ ਅਸੀਂ ਕੋਰਟ ਮੈਰਿਜ ਕਰਨੀ ਆ ਜੀ। ਤੇ ਅਸੀਂ ਕੋਰਟ ਮੈਰਿਜ ਕਰਵਾਈ ਜੀ ਗੜ੍ਹ ਸ਼ੰਕਰ ਜਾ ਕੇ। ਅੱਛਾ, ਉਸ ਤੋਂ ਬਾਅਦ ਫਿਰ? ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਡੇ ਨਾਲ ਕੁੜੀ ਭੇਜ ਦਿਓ। ਹਾਂ ਹਾਂ, ਤੇ ਉਹਨਾਂ ਨੇ ਸਾਡੇ ਨਾਲ ਕੁੜੀ ਨਹੀਂ ਭੇਜੀ ਸਰ। ਤੁਹਾਡਾ ਉਦੋਂ ਰੌਲਾ ਪੈ ਗਿਆ? ਹਾਂਜੀ ਸਰ, ਉਹ ਐਕਚੁਅਲੀ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ, ਕੋਈ ਲੁਕੋ ਨਹੀਂ ਰੱਖਣਾ ਸਰ। ਜਦੋਂ ਮੇਰਾ ਵਿਆਹ ਸੀ ਨਾ ਜੀ ਸਰ, ਉਸ ਦਿਨ ਜਾਗੋ ਵਾਲੇ ਦਿਨ ਸਰ ਸਾਡੀ ਥੋੜੀ ਹੋ ਗਈ ਲੜਾਈ ਇੱਥੇ, ਮੁੰਡੇ ਆਪਸ ਵਿੱਚ ਹੀ ਕਿਸੇ ਲੜ ਪਏ ਪਿੰਡ ਦੇ ਹੀ। ਤੁਹਾਡੇ ਪਿੰਡ ਚ? ਉਹ ਸਰ ਹਾਂਜੀ, ਜਿਹਨਾਂ ਨਾਲ ਜਾਗੋ ਵਾਲੇ ਦਿਨ ਹੋਈ ਜੀ ਇਹ, ਉਹ ਮੁੰਡੇ ਬਾਹਰ ਲੜ ਪਏ। ਉਹ ਐਕਚੁਅਲੀ ਸਰ ਉਹ ਜਿਹੜਾ ਬੰਦੇ ਨਾਲ ਲੜੇ ਆ, ਉਹ ਸਾਡੇ ਨਾਲ ਪਿੰਡ ਵਿੱਚ ਥੋੜਾ ਜਿਹਾ ਲਾਗ ਡਾਟਾ ਵਾਲਾ ਬੰਦਾ ਸੀ, ਉਹਨੇ ਮੇਰਾ ਨਾਂ ਲਿਖਾਤਾ ਵਿੱਚ ਜੀ ਪੁਲਿਸ ਦੇ ਕੋਲ। ਹਾਂਜੀ, ਉਹ ਮੇਤੇ ਉਹਨੇ ਝੂਠੀ ਐਫ ਆਈ ਆਰ ਕਰਾਤੀ। ਉਹ ਕੌਣ ਸੀ ਬੰਦਾ, ਦੱਸੋ ਕੌਣ ਹੈ? ਹੂਜ਼ ਹੀ? ਉਹ ਪਿੰਡ ਦਾ ਹੀ ਹੈ ਜੀ ਬੰਦਾ, ਉਹ ਨਾ ਹੈਪੀ ਹੈ ਜੀ, ਉਹਨੂੰ ਹੈਪੀ, ਮੇਰਾ ਨਾਂ ਪੱਕਾ ਨਹੀਂ ਪਤਾ, ਉਹ ਨਾ ਹੈਪੀ ਹੈ ਜੀ। ਤੇਰੇ ਪਿੰਡ ਦਾ ਤੇ ਤੈਨੂੰ ਪੂਰਾ ਨਾਂ ਨਹੀਂ ਪਤਾ? ਹੈਪੀ ਹੈ ਜੀ, ਉਹਦਾ ਪਿੰਡ ਦੇ ਪਰੇ ਆ ਘਰ ਉਹਦਾ ਜੀ। ਡਸਨਟ ਮੈਟਰ, ਐਵਰੀਬਾਡੀ ਨੋ ਪਿੰਡ ਵਿੱਚ ਪੂਰਾ ਨਾਮ ਕੀ। ਡੋਂਟ ਲਾਈ, ਜੇ ਝੂਠ ਬੋਲੋਗੇ ਤਾਂ ਮੈਂ ਤੁਹਾਡੇ ਤੇ ਇੱਕ ਹੋਰ ਚਾਰਜ ਸ਼ੀਟ ਲਵਾ ਸਕਦਾ। ਠੀਕ ਆ ਸਰ, ਹੈਪੀ ਹੈ ਜੀ ਉਹਦਾ ਨਾਮ, ਮੈਨੂੰ ਇੰਨਾ ਪਤਾ ਜੀ। ਉਹਦੇ ਫਾਦਰ ਦਾ ਨਾਮ ਕੀ ਹੈ? ਮਹਿੰਦਰ ਸਿੰਘ ਜੀ। ਮਹਿੰਦਰ ਸਿੰਘ, ਉਹ ਕਿਹੜੀ ਕਾਸਟ ਦਾ ਆ? ਉਹ ਐਸਸੀ ਹੈ ਜੀ। ਤੁਸੀਂ ਵੀ ਐਸਸੀ ਹੋ? ਹਾਂਜੀ ਹਾਂਜੀ ਸਰ। ਤੇ ਤੁਹਾਡੇ ਉਹਦੀ ਉਮਰ ਹੈਪੀ ਦੀ ਤੁਹਾਡੇ ਜਿੰਨੀ ਆ? ਨਹੀਂ, ਮੇਰੇ ਤੋਂ ਵੱਡਾ ਹੈ ਜੀ ਉਹ। ਉਹ ਮੈਰਿਡ ਹੈ? ਹਾਂਜੀ, ਉਹ ਵੀ ਮੈਰਿਡ ਹੈ। ਤੇ ਲੜਾਈ ਕਿਉਂ ਕੀਤੀ ਹੈਪੀ ਨੇ? ਤੁਸੀਂ ਉਹਨੂੰ ਕੁੱਟਿਆ ਹੈਪੀ ਨੂੰ? ਨਹੀਂ ਸਰ, ਮੈਂ ਤਾਂ ਹੀ ਨਹੀਂ ਸੀ ਸਰ ਲੜਾਈ ਚ, ਉਹ ਮੇਰੇ ਨਾਲ ਝੂਠਾ ਲਿਖਾਇਆ ਗਿਆ ਸਰ। ਨਹੀਂ, ਤੇਰਾ ਨਾਂ ਕਿਉਂ ਲਿਖਾਇਆ? ਰੀਜ਼ਨ ਕੀ, ਪਿੱਛੇ ਦਾ ਰੀਜ਼ਨ ਕੀ ਆ? ਸਰ ਐਕਚੁਅਲੀ ਉਹ ਬੰਦਾ ਮੇਰੇ ਨਾਲ ਪਹਿਲੇ ਲੱਗਦਾ ਸੀਗਾ ਸਰ। ਤੇ ਤੁਹਾਡੇ ਵਿਆਹ ਤੇ ਤੁਸੀਂ, ਜੇ ਵਿਆਹ ਤੇ ਫਿਰ ਤੁਸੀਂ ਜਾਗੋ ਤੇ ਕਿਉਂ ਸੱਦਿਆ? ਜਾਗੋ ਤੇ ਅਸੀਂ ਵੀ ਸੱਦਿਆ ਸਰ, ਮੇਰੇ ਕੋਲ ਮੁੰਡੇ ਮੇਰੇ ਦੋਸਤ ਗਏ ਇੱਥੋਂ ਜਾਗੋ ਵਾਲੇ ਦਿਨ, ਉਹਨਾਂ ਨਾਲ ਲੜਿਆ ਜੀ ਉਹ। ਉਹਨਾਂ ਨਾਲ ਮਤਲਬ ਜਾਗੋ ਵਿੱਚ ਨਹੀਂ ਸੀ ਆਇਆ? ਨਹੀਂ ਨਹੀਂ, ਜਾਗੋ ਵਿੱਚ ਨਹੀਂ ਆਇਆ, ਬਾਹਰ ਵਿੱਚ ਲੜਾਈ ਹੋਈ ਆ। ਤੁਹਾਡੇ ਤੇ ਹੁਣ ਐਫ ਆਰ ਆਈ ਦਰਜ ਆ? ਨਹੀਂ ਨਹੀਂ, ਉਹ ਸਰ ਸਾਰਾ ਕੁਝ ਕਲੀਅਰ ਹੋ ਗਿਆ, ਮੈਂ ਤੁਹਾਨੂੰ ਉਹੀ ਦੱਸਣ ਲੱਗਾ ਸੀਗਾ, ਉਹ ਸਾਰਾ ਕੁਝ ਕਲੀਅਰ ਹੋ ਗਿਆ ਜੀ, ਰਾਜੀਨਾਮਾ ਵੀ ਹੋ ਗਿਆ, ਉਹਦੀ ਕਲੀਅਰੈਂਸ ਵੀ ਸਾਡੇ ਕੋਲ ਪਈ ਆ। ਨਹੀਂ ਨਹੀਂ, ਇਹਦਾ ਹੈਪੀ ਦੀ ਲੜਾਈ ਦਾ ਤੁਹਾਡੇ ਵਿਆਹ ਦੇ ਵਿੱਚ ਤੁਹਾਡੇ ਵਾਈਫ ਦਾ ਰਿਲੇਸ਼ਨ ਬਣਾਉਣ ਦਾ ਕੋਈ ਮੈਟਰ ਕੀ ਹੈ, ਇਹ ਕੀ ਮਾਮਲਾ? ਮੈਂ ਤੁਹਾਨੂੰ ਦੱਸਦਾ ਸਰ, ਉਹੀ ਮੈਂ ਦੱਸਣ ਲੱਗਾ ਸੀ ਸਰ। ਜਦੋਂ ਅਸੀਂ 16 ਤਰੀਕ ਨੂੰ ਇਹਨਾਂ ਨੂੰ ਕਿਹਾ ਵੀ ਸਾਡੇ ਨਾਲ ਕੁੜੀ ਭੇਜੋ ਹਨਾ ਜੀ, ਉਦੋਂ ਸਰ ਇਹ ਰੌਲਾ ਚੱਲਦਾ ਸੀ ਐਫ ਆਈ ਆਰ ਦਾ।
ਤੇ ਅਸੀਂ ਕਿਹਾ ਕੁੜੀ ਭੇਜੋ, ਇਹ ਇਹਨਾਂ ਨੇ ਕੁੜੀ ਨਹੀਂ ਭੇਜੀ ਸਰ, ਕਹਿੰਦੇ ਵੀ ਇਹ ਤੁਹਾਡਾ ਰੌਲਾ ਚੱਲਦਾ, ਅਸੀਂ ਕੁੜੀ ਨਹੀਂ ਭੇਜ ਸਕਦੇ, ਇੱਕ ਬਹਾਨਾ ਮਿਲ ਗਿਆ ਉਹਨਾਂ ਨੂੰ, ਪਹਿਲਾਂ ਕਲੀਅਰ ਕਰ ਲਓ। ਹਾਂਜੀ, ਤੇ ਜਿਸ ਕਰਕੇ ਕੁੜੀ ਨੂੰ ਤੁਸੀਂ ਏਅਰਪੋਰਟ ਤੋਂ ਛੱਡਣ ਗਏ ਆ? ਹਾਂਜੀ ਹਾਂਜੀ, ਉਹ ਤਾਂ ਗਿਆ ਜੀ, ਛੱਡ ਗਏ। ਕੁੜੀ ਨੇ ਆਣ ਕੇ ਕੈਨੇਡਾ ਵਿੱਚ ਕਿੰਨੇ ਮਹੀਨੇ ਗੱਲਬਾਤ ਕੀਤੀ ਆ? ਸਰ ਪਹਿਲਾਂ ਪਹਿਲਾਂ ਮੈਂ ਨਾ 2 ਮਹੀਨੇ ਗੱਲ ਕੀਤੀ ਉਹਨੇ, ਤੇ ਉਸ ਤੋਂ ਬਾਅਦ ਬੰਦ ਹੋ ਗਈ ਜੀ ਗੱਲ ਕਰਨੀ। ਇਹ ਕੁੜੀ ਰਹਿੰਦੀ ਕਿੱਥੇ ਆ? ਸਿੱਧੂ ਸਾਹਿਬ ਪਲੀਜ਼ ਕਾਲ ਕਰੋ ਲੜਕੀ ਨੂੰ, ਕਿੱਥੇ ਰਹਿੰਦੀ ਕੁੜੀ? ਇਹ ਸਰ ਸੈਂਟ ਕਲੇਅਰ ਕਾਲਜ ਗਈ ਸੀ ਇੱਥੋਂ, ਵਿੰਡਸਰ ਵਿੱਚ। ਉਸ ਤੋਂ ਬਾਅਦ ਇਹਨੇ ਸਰ ਬਿਨਾਂ ਦੱਸੇ ਕਾਲਜ ਚ ਨਿਕਾਲਿਆ ਇੱਕ ਸਮੈਸਟਰ ਤੋਂ ਬਾਅਦ, ਤੇ ਹੁਣ ਇਹ CDI ਕਾਲਜ ਆ ਮੌਂਟਰੀਅਲ ਵਿੱਚ ਜੀ। ਮੌਂਟਰੀਅਲ ਵਿੱਚ? ਇਹਦਾ ਨਾਮ ਕੀ ਹੈ? ਹਾਂਜੀ, ਮਨਮੀਨ ਕੌਰ ਬੈਂਸ ਜੀ। ਮਨਮੀਨ ਬੈਂਸ, ਹਾਂਜੀ। ਸੋ ਇਹਨਾਂ ਦਾ ਪਿੰਡ ਕਿਹੜਾ ਆ? ਖੜੋਦੀ ਹੈ ਜੀ, ਖੜੋਦੀ। ਹਾਂਜੀ, ਸੋ ਇਹਨਾਂ ਫਾਦਰ ਨਾਂ ਦਿਲਾਵਰ ਤੇ ਮਦਰ ਨਾਂ ਜਸਪਾਲ। ਹਾਂਜੀ ਹਾਂਜੀ, ਆਈ ਸੀ। ਸੋ ਤੁਸੀਂ ਹੁਣ ਮਨਮੀਨ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗੂਗਾ ਕਿ ਹੁਣ ਕਹਿੰਦੇ ਕੀ ਤੁਹਾਨੂੰ, ਕਿ ਅਸੀਂ ਸਪਾਂਸਰ ਨਹੀਂ ਕਰਨਾ। ਸਰ ਉਹਨੇ ਮੇਰਾ ਕੰਮ ਹੀ ਨਹੀਂ ਬਣਾਇਆ ਜੀ, ਉਹ ਮੈਨੂੰ ਗਾਲਾਂ ਕੱਢੀ ਜਾਂਦੀ ਹੈ ਸਰ। ਸਰ ਤੁਸੀਂ ਡਾਲ ਕਰ ਰਹੇ ਹੋ ਉਹਨੂੰ, ਕੁੜੀ ਨੂੰ? ਮੈਂ ਇਹਨਾਂ ਨੂੰ ਮੈਸੇਜ ਕੀਤਾ ਕਿ ਨੰਬਰ ਇਹਨਾਂ ਨੇ ਹਜੇ ਤੱਕ ਪ੍ਰੋਵਾਈਡ ਨਹੀਂ ਕੀਤਾ ਜੀ ਸਾਨੂੰ। ਤੁਸੀਂ ਨੰਬਰ ਕਿਉਂ ਦਿੰਦੇ ਜੀ, ਪ੍ਰੋਵਾਈਡ ਕਿਉਂ ਨਹੀਂ ਕਰ ਰਹੇ ਆਪਣੀ ਵਾਈਫ ਦਾ ਨੰਬਰ? ਸਰ ਮੈਂ ਤੁਹਾਨੂੰ ਨੰਬਰ ਭੇਜਿਆ ਜੀ, ਤੁਹਾਡੇ ਨੰਬਰ 'ਤੇ ਹੀ ਭੇਜਿਆ, 4 ਨੰਬਰ ਭੇਜੋ ਸਰ ਤੁਹਾਨੂੰ। I have 1000 calls me, dear. ਗੁਰਪ੍ਰੀਤ ਜੀ, ਦੁਬਾਰਾ ਸਾਨੂੰ ਨੰਬਰ ਭੇਜੋ ਜੀ, ਮੇਰਾ ਨੰਬਰ ਭੇਜੋ 4377711313। ਸਿੱਧੂ ਸਾਹਿਬ ਜਾਨ, ਤੁਸੀਂ ਨੰਬਰ ਲੈਣਾ ਸੀ ਪਹਿਲਾਂ? ਇੱਕ ਮਿੰਟ ਰੁਕੋ ਸਰ, ਇੱਕ ਮਿੰਟ ਵੇਟ ਕਰੀ। 4377711313। ਆਈ ਨੋ ਕਿ ਵੀ ਰਨਿੰਗ ਹੈ ਬਿਹਾਈਂਡ, ਸੋ ਆਈ ਡੋਂਟ ਨੋ ਕਿ ਕੀ ਚੱਕਰ ਕੀ ਹੈ। ਐਨੀਵੇ, ਸੋ ਉਸ ਤੋਂ ਬਾਅਦ ਹੁਣ ਤੁਹਾਨੂੰ ਗਾਲਾਂ ਕੱਢਦੀ ਹੈ, ਗਾਲਾਂ ਕਿਵੇਂ ਕੱਢਦੀ ਹੈ, ਕਹਿੰਦੀ ਕੀ ਗਾਲਾਂ 'ਚ? ਸਰ ਮੈਂ ਉਹਨੂੰ ਇਹ ਕਹਿੰਦਾ ਮੇਰੇ ਨਾਲ ਗੱਲ ਕਰ, ਗੱਲ ਨੀ ਸਰ ਕਰ ਰਹੀ ਮੇਰੇ ਨਾਲ, ਤੇ ਮੈਂ ਉਹਨੂੰ ਮੈਸੇਜ, ਜਦੋਂ ਮੈਸੇਜ ਕੀਤੇ ਸਰ, ਜਦੋਂ ਇਹਨੇ ਕਾਲਜ ਚ ਨਿਕਾਲਿਆ ਨਾ ਜੀ, ਸਾਡੇ ਤੋਂ ਪੈਸੇ ਮੰਗਣ ਲੱਗ ਪਈ ਹੋਰ। ਇਹ ਸੋਨੀਆ ਨਾਂ ਕੀ ਹੈ? ਸੋਨੀਆ ਕੌਣ ਆ? ਸੋਨੀਆ ਦਾ ਉਰਫ ਮਤਲਬ ਕੱਚਾ ਨਾਮ ਇਹਦਾ ਸੋਨੀਆ ਜੀ। ਕਿਹਦਾ ਨਾਮ? ਇਹ ਕੁੜੀ ਦਾ, ਮਨਮੀਨ ਕੌਰ ਬੈਂਸ ਦਾ। ਅੱਛਾ, ਮਨਮੀਨ ਕੌਰ ਬੈਂਸ ਦਾ। ਮੈਂ ਆਹ ਨੰਬਰ ਲਿਖ ਕੇ ਦੇਣਾ, ਤੁਸੀਂ ਨੰਬਰ ਬੜੇ ਦੇ ਰਹੇ ਹੋ, ਇੰਨੇ ਨੰਬਰ ਇਹਨੇ ਇਹਦੇ ਕੋਲ? ਸਰ ਹਾਂਜੀ, ਉਹੀ ਦੱਸਣ ਲੱਗਾ ਜੀ ਸਰ, ਇਹ ਸਾਨੂੰ ਬਿਨਾਂ ਦੱਸੇ ਨੰਬਰ ਚੇਂਜ ਕਰ ਲਿਆ, ਕਰ ਲੈਂਦੀ ਸੀਗੀ, 4 ਨੰਬਰ ਸਰ ਇਹਨੇ ਚੇਂਜ ਕੀਤੇ ਹੋਇਆ ਜੀ। ਹੁਣ ਤੁਹਾਡੇ ਬਿਨਾਂ ਦੱਸੇ ਇਹਨੇ ਕਾਲਜ ਚੇਂਜ ਕਰ ਲਿਆ ਜੀ। ਆਈ ਸੀ, ਹਾਂਜੀ। ਸੋ ਆਈ ਡੋਂਟ ਨੋ ਕਿ ਹੁਣ ਕਿਹੜਾ ਨੰਬਰ ਇਹ ਚੱਲਦਾ ਹੈ, ਕਿਹੜਾ ਨੰਬਰ 'ਚ ਮਾਉਂਟਰੀਅਲ ਨੰਬਰ ਜਿਹੜਾ ਆ। ਸਰ 438 ਨੰਬਰ ਵੀ ਮਾਉਂਟਰੀਅਲ ਸ਼ੁਰੂ ਹੁੰਦਾ ਹੈ? ਨੋ ਆਈਡੀਆ ਜੀ, 438 ਦਾ। ਆਈ ਸੀ। ਸੋ ਮੇਰੇ ਖਿਆਲ ਕਿ ਆਹ ਨੰਬਰ ਜਿਹੜਾ ਆ, ਮੈਂ ਤੁਹਾਨੂੰ ਆਹ ਨੰਬਰ ਭੇਜ ਚੈੱਕ ਕਰਕੇ ਦੇਖ ਲਓ ਜੇ ਨੰਬਰ ਰਾਈਟ ਵੇ ਛੇ ਆਹ ਇੰਡੀਆ ਦਾ ਹੈ ਨੰਬਰ। ਆਈ ਥਿੰਕ ਆਹ ਨੰਬਰ ਟਰਾਈ ਕਰ ਲਓ, ਪਲੀਜ਼ ਪ੍ਰੋਸੀਡ ਕਰੋ। ਸਰ ਮੈਂ ਕੁਛ ਕਮੈਂਟ ਲੈਣਾ ਚਾਹਾਂਗਾ, ਮੇਰੇ ਪਾਸ 5 ਮਿੰਟ ਦਾ ਸਮਾਂ ਹੈ, ਔਰ ਅਸੀਂ 5 ਮਿੰਟ ਦੇ ਵਿੱਚ ਵਿੱਚ ਸਿੱਧੂ ਸਾਹਿਬ ਪ੍ਰੋਸੀਡ ਕਰੋ। ਸਾਡੇ ਕੁਛ ਜਿਹੜੇ ਲੋਕ ਨੇ ਉਹਨਾਂ ਪੁੱਛਣਾ ਚਾਹੁੰਦੇ ਆ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਤੁਸੀਂ ਜ਼ਿੰਮੇਵਾਰ ਕਿਸ ਨੂੰ ਉਠਾਉਂਦੇ ਹੋ, ਠਹਿਰਾਉਂਦੇ ਹੋ, ਤੁਹਾਡੀ ਜੱਜਮੈਂਟ ਕੀ ਹੈ, ਤੁਹਾਡੀ ਪਬਲਿਕ ਦੀ ਓਪੀਨੀਅਨ ਕੀ ਹੈ? ਸਾਨੂੰ ਤੁਸੀਂ ਕਾਲ ਕਰੋ ਕਿ ਇਹ ਲੜਕੇ ਦੀ ਉਮਰ 4 ਘੱਟ ਹੈ, ਦੂਜੀ ਗੱਲ ਹੈ ਕਿ 2 ਇਹਦੇ ਨਾਲ ਰਹਿੰਦੀ ਹੈ, ਔਰ 2 ਬਾਅਦ ਜਿਹੜੇ ਆ ਉਹ ਰਿਲੇਸ਼ਨ ਬਣਦੇ ਨਹੀਂ ਹੈ। ਸੋ ਇਹ ਆਪ ਖੁਦ ਕਹਿ ਰਿਹਾ ਕਿ ਤੁਹਾਨੂੰ ਫਿਰ ਕਿਹਨੇ ਦੱਸਿਆ ਸੀਗਾ ਕਿ ਇਹ ਲੜਕੀ ਜਿਹੜੀ ਆਈਲੈਟ ਕੀਤੀ ਹੋਈ ਹੈ, ਵੀਜ਼ਾ ਲੱਗਾ ਹੋਇਆ, ਤੁਸੀਂ ਪੈਸੇ ਤਾਰ ਦਿਓ, ਵਿਚੋਲਾ ਸੀ ਜਾਂ ਤੁਸੀਂ, ਕਿਹਨੇ ਤੁਹਾਡੇ ਰਿਲੇਸ਼ਨ ਬਣਾਇਆ, ਫਿਰ ਰਿਲੇਸ਼ਨ ਰਸਤਾ ਕਿਹਨੇ ਬਣਾਇਆ ਇਹ? ਸਰ ਮੇਰੇ ਡੈਡੀ ਟੀਚਰ ਸੀਗੇ, ਰਿਟਾਇਰ ਹੋ ਗਏ ਸੀ, ਉਹਨਾਂ ਨਾਲ ਇੱਕ ਟੀਚਰ ਪੜ੍ਹਾਉਂਦੇ ਸੀ, ਉਹਨਾਂ ਦੇ ਦੋਸਤ। ਤੁਹਾਡੇ ਡੈਡੀ ਜਿਹੜੇ ਨੇ, ਨਾਮ ਕੀ ਹੈ, ਫੋਰਗੈਟ ਯੂਰ ਡੈਡ ਨੇਮ? ਹਰਬਲਾਸ। ਹਰਬਲਾਸ, ਇਹ ਟੀਚਰ ਕਿੱਥੇ ਰਹੇ ਨੇ? ਇਹ ਟੀਚਰ ਸਰ ਇੱਥੇ ਹਾਰਟ ਰਹੇ ਨੇ, ਪਿੰਡ ਇੱਥੇ ਹਾਰਟ ਆ, ਹਾਰਟ ਆ ਪਿੰਡ ਆ, ਉੱਥੇ ਪੜ੍ਹਾਉਂਦੇ ਸੀ ਪ੍ਰਾਇਮਰੀ ਸਕੂਲ 'ਚ। ਆਏ ਸੀ। ਸੋ ਉਹਨਾਂ ਨੇ ਕਿਹਾ ਤੁਹਾਡਾ ਫਿਰ ਇਹ ਵਿਆਹ ਕਰਨ ਮਕਸਦ ਕਿ ਸਾਡਾ ਬੱਚਾ ਜਿਹੜਾ ਕਿ ਤੁਸੀਂ ਕੈਨੇਡਾ ਚੱਲ ਜਾਓਗੇ ਇਸ ਬਹਾਨੇ, ਇੰਨੇ ਪੈਸੇ ਲਾ ਕੇ, ਦੱਸ ਆਲ ਰਾਈਟ? ਸਰ ਅਸੀਂ ਪੱਕੀ ਮੈਰਿਜ ਕੀਤੀ ਸੀ, ਅਸੀਂ ਕਿਹਾ ਵੀ ਲਾਈਫ ਸੈੱਟ ਹੋ ਜੂਗੀ ਦੋਨਾਂ ਦੀ। ਇਹ ਪੱਕੀ ਮੈਰਿਜ ਨਹੀਂ ਹੈ, ਇਹ ਇੱਕ ਐਗਰੀਮੈਂਟ ਹੈ, ਇੱਕ ਆਉਣ ਦਾ ਬਹਾਨਾ ਲੱਭਿਆ ਤੁਸੀਂ ਲੋਕਾਂ ਨੇ, ਟਰੂ ਐਂਡ ਫੈਕਟ ਹੈ, ਬਹਾਨਾ ਜਿਹੜਾ ਨਜ਼ਰ ਆ ਰਿਹਾ ਹੈ। ਲੜਕੀ ਨੇ ਵਿਆਹ ਕਰਾ ਕੇ ਤੇ ਨਾਲ ਰਿਲੇਸ਼ਨ ਨਹੀਂ ਬਣਾਏ, ਤੂੰ ਕਿਹਾ ਕਿ ਨੋ ਸ਼ੀ ਸੈਡ ਸ਼ੀ ਡਿਡਨਟ ਐਗਰੀ, ਉਸ ਤੋਂ ਬਾਅਦ ਵਿਆਹ ਨਾ ਬਣਾਉਣਾ ਕੁਛ ਵੀ ਦਿਨ ਰਹੀ ਹੈ, ਕੋਰਟ ਮੈਰਿਜ ਤੋਂ ਬਾਅਦ ਵੀ ਤੁਹਾਡੀ ਵਾਈਫ ਨੂੰ ਉਹਨਾਂ ਘਰ ਵਾਲਿਆਂ ਨੇ ਨਹੀਂ ਭੇਜਣਾ, ਤੁਸੀਂ ਸੋਚਦੇ ਹੋ ਕਿ ਰੀਅਲ ਮੈਰਿਜ ਆ, ਤੁਸੀਂ ਲੋਕ, ਤੁਸੀਂ ਜਿਹੜੇ ਲੋਕ ਬੈਠੇ ਹੋ ਤੁਸੀਂ ਬੁੱਧੂ ਸਮਝਦੇ ਹੋ, ਹਾਂ ਤੁਹਾਡਾ ਵੀ ਬੁੱਧੂ ਬਣਾਉਣਾ ਸਾਨੂੰ ਠੀਕ ਹੈ, ਸਿਸਟਮ ਹੈ ਸਾਡਾ ਬੁੱਧੂ, ਇੱਥੋਂ ਦਾ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਇੱਕ ਬੁੱਧੂ ਬਣ ਗਿਆ ਹੈ, ਬਣਾ ਦਿੱਤਾ ਗਿਆ ਹੈ, ਇੱਕ ਭੋਲਾ ਪਾਲਾ ਸਿਸਟਮ ਸੀਗਾ, ਇਹ ਸੱਚੇ ਸੁੱਚੇ ਲੋਕਾਂ ਦਾ ਦੇਸ਼ ਸੀਗਾ। ਇਸ ਦੇਸ਼ ਨੂੰ ਬਰਬਾਦ ਕਰਨ ਵਾਲੇ ਕਿਹੜੇ ਲੋਕ ਨੇ? ਇਹ ਉਹ ਲੋਕ ਜ਼ਾਲਮ ਨੇ ਜਿਹੜੇ ਕਿ ਸਾਡੇ ਸੁੰਦਰ ਇਸ ਮੁਲਕ ਨੂੰ ਬਦਨਾਮ ਕਰ ਰਹੇ ਨੇ, ਅਤੇ ਇਸ ਮੁਲਕ ਦੀ ਆਉਣ ਦੀ ਖਾਤਰ ਕਿੰਨਾ ਫਰਾਡ ਕਰ ਰਹੇ ਨੇ। ਯੂ ਆਲਸੋ ਡਿਡ ਏ ਫਰਾਡ।
ਕਮ ਔਨ ਬੇਬੀ ਓਕੇ ਨੈਕਸਟ ਕਾਲ ਪ੍ਰੋਸੀਡ ਕਰੋ ਪਲੀਜ਼ ਸੋਨੀਆ ਜੀ ਦੋਨੇ ਹੀ ਫੋਨ ਨਹੀਂ ਚੱਕ ਰਹੇ ਜੀ ਓਕੇ ਫਾਈਨ ਵੀ ਹੈਵ ਟੇਕ ਸੋ ਨੰਬਰ 5 ਜੀ ਪਲੀਜ਼ ਕਾਲ ਨੰਬਰ 5 ਪਲੀਜ਼ ਹਾਂਜੀ ਸਿਮਰ ਗੋਲ ਬੋਲੋ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਆਪਣਾ ਸਿਸਟਮ ਤਾਂ ਮਿਸਯੂਜ਼ ਹੋ ਹੀ ਰਿਹਾ ਪਰ ਵੀਰੇ ਮੇਰੀ ਇੱਕ ਗੱਲ ਸੁਣ ਜਿਹੜੇ ਕੁੜੀ ਨੂੰ ਜਾਂ ਜਿਹੜੇ ਮੁੰਡੇ ਨੂੰ ਇੱਥੇ ਬਿਲਕੁਲ ਖੁੱਲ ਨਹੀਂ ਦਿੰਦੇ ਮਾਂ ਪੇ ਦੱਬ ਕੇ ਰੱਖਦੇ ਜਦੋਂ ਉਹ ਬੱਚਾ ਬਾਹਰ ਜਾਂਦਾ 12ਵੀਂ ਤੋਂ ਬਾਅਦ ਸਮਝ ਇੰਨੀ ਹੁੰਦੀ ਉਹਨੂੰ ਖੁੱਲ ਇੱਕਦਮ ਮਿਲ ਜਾਂਦੀ ਆ ਤਾਂ ਤੂੰ 95% ਤੁਸੀਂ ਲਾ ਲਓ ਵੀ ਜਿਹੜੀਆਂ ਕੁੜੀਆਂ ਜਿਹੜੇ ਮੁੰਡੇ ਤੋਂ ਵਿਆਹ ਕਰਾ ਕੇ ਆਉਂਦੇ ਇੱਥੇ ਆਉਂਦੇ ਖੁੱਲ ਮਿਲਦੀ ਆ ਤਾਂ ਉਹਨਾਂ ਨੇ ਇੱਥੇ ਆਪਣੇ ਬੋਏਫ੍ਰੈਂਡ ਦੇ ਗਰਲਫ੍ਰੈਂਡ ਬਣਾ ਲੈਣਾ ਕਿਉਂਕਿ 8 ਮਹੀਨੇ 10 ਮਹੀਨੇ ਪਤਾ ਨਹੀਂ ਕਦੋਂ ਤੁਹਾਨੂੰ ਵਾਪਸ ਆ ਕੇ ਮਿਲਣਾ ਦੂਜੀ ਗੱਲ ਜਿਹੜੇ ਇੱਥੇ ਕੁੜੀਆਂ ਆ ਜਾਂਦੀਆਂ ਪੀਆਰ ਹੋ ਜਾਂਦੀਆਂ ਉਸ ਤੋਂ ਬਾਅਦ ਚੋਂ ਇੰਡੀਆ ਜਾ ਕੇ ਵਿਆਹ ਕਰਾਉਂਦੀਆਂ ਉਹ ਨੇਪਰੇ ਚੜ੍ਹਦੇ ਆ ਜੀ ਜਿਹੜੇ ਕੰਟਰੈਕਟ ਮੈਰਿਜ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਜੀ ਆਪਾਂ ਨੂੰ ਹਰ ਇੱਕ ਆਪਣੇ ਜਿੰਨੇ ਸੇ ਬੰਦੇ ਆ ਇਹ ਸਾਰੇ ਐਪਲੀਕੇਸ਼ਨ ਲਿਖਣੀ ਚਾਹੀਦੀ ਹੈ ਆਪਣੇ ਆਪਣੇ ਜਿੰਨੇ ਵੀ ਆ 30 ਸੈਕਿੰਡ ਮੈਂ ਸਾਨੂੰ ਦੇ ਰਿਹਾ ਅਗਲੀ ਕਾਲ ਜੀ ਅਗਲੀ ਹਾਂਜੀ ਗੋਲ ਕਾਲਰ ਬੋਲੋ ਬਾਸੀ ਸਾਹਿਬ ਜੀ ਮੇਰੇ ਨਾਲ ਇੱਦੀ ਹੋਇਆ ਸੀ ਇੱਕ ਨਾ ਕੁੜੀ ਆਈ ਸੀ ਮੇਰੇ ਕੰਮ ਤੇ ਉਹ ਵੀ ਵਿਆਹੀਓ ਸੀ ਇਦਾਂ ਤੇ ਮੈਂ ਉਹਨੂੰ ਕਿਹਾ ਕਿ ਉਹ ਨਾ ਮੇਰੇ ਨਾਲ ਫਲਰਟ ਕਰਨ ਲੱਗ ਗਈ ਤੇ ਫਿਰ ਮੈਨੂੰ ਕਹਿਣ ਲੱਗੀ ਕਿ ਮੇਰੇ ਨਾਲ ਕਰ ਲਓ ਮੈਂ ਕਿਹਾ ਕੀ ਗੱਲ ਕੀ ਆ ਮੈਂ ਕਿਹਾ ਤੇਰੇ ਹਸਬੰਡ ਦੀ ਕੀ ਬੀਤੂ ਕੀ ਇਹ ਇਦਾਂ ਕਹਿੰਦੇ ਨਾ ਸ਼ਾਦੀ ਪੱਕੀ ਹੁੰਦੀ ਘਰ ਦਾ ਨਹੀਂ ਪਤਾ ਹੁੰਦਾ ਸਾਨੂੰ ਕਹਿਣ ਲੱਗ ਜਾਂਦੇ ਕਿ ਜੀ ਕੰਟਰੈਕਟ ਮੈਰਿਜ ਸੀ ਕੰਟਰੈਕਟ ਮੈਰਿਜ ਸੀ ਮੈਂ ਕਿਹਾ ਤੂੰ ਆਪਣੇ ਹਸਬੰਡ ਬਾਰੇ ਸੋਚ ਇਹਨੂੰ ਇੱਥੇ ਬੁਲਾ ਤੂੰ ਇਦਾਂ ਨਾ ਕਰ ਮੇਰੇ ਗੱਡੀ ਬੈਠੀ ਇੱਦਾਂ ਭੁੱਲ ਜਾਂਦੀ ਮੈਂ ਤੁਹਾਨੂੰ ਰਾਈਡ ਦੇਣ ਗਿਆ ਸੀ ਘਰੇ ਤੇਰੇ ਤੇ ਡੋਰੇ ਪਾ ਰਹੀ ਸੀ ਲੜਕੀ ਹਾਂਜੀ ਬਹੁਤ ਜ਼ਿਆਦਾ ਜੀ ਮੈਂ ਤੁਹਾਨੂੰ ਕੀ ਦੱਸਾਂ ਕੀ ਬੋਲੇ ਮੈਨੂੰ ਫਿਰ ਸਨੈਪਚੈਟ ਦੇ ਫੋਟੋ ਭੇਜੇ ਫਿਰ ਮੈਂ ਉਹਨੂੰ ਆਹੀ ਗੱਲ ਕਹਿੰਦਾ ਸੀ ਮੈਂ ਇਦਾਂ ਸੋਚਦਾ ਕਿ ਉਹਦੇ ਹਸਬੰਡ ਤੇ ਕੀ ਬੀਤੂ ਕਿ ਮੈਂ ਆਹੀ ਗੱਲ ਉਹਨੂੰ ਆ ਗਈ ਮੈਂ ਕਿਹਾ ਤੂੰ ਉਹਦੇ ਬਾਰੇ ਸੋਚ ਤੈਨੂੰ ਕੀ ਕਹਿੰਦੀ ਸੀ ਕਿ ਮੈਨੂੰ ਲਵ ਕਰ ਲੈ ਬਹੁਤ ਕੁਝ ਕਹਿਤਾ ਜੀ ਜਿੱਦਾਂ ਲਵ ਕਰ ਲਾ ਕਹਿੰਦੀ ਮੈਂ ਤੁਹਾਨੂੰ ਪਸੰਦ ਨਹੀਂ ਆ ਕਹਿੰਦੀ ਮੈਂ ਆਪਣੇ ਹਸਬੰਡ ਨੂੰ ਹੁਣੀ ਛੱਡ ਦੂੰਗੀ ਤੁਸੀਂ ਮੈਨੂੰ ਹਾਂ ਕਰ ਦੋ ਪਿੱਛੇ ਹੀ ਪੈ ਗਈ ਮੇਰੇ ਓ ਮਾਈ ਗੋਡ ਤੁਸੀਂ ਪਿੱਛੇ ਛਡਾਓ ਇਹਨਾਂ ਲੋਕਾਂ ਤੋਂ ਹਾਂਜੀ ਤੇ ਮੈਂ ਉਹੀ ਕਹਿੰਦਾ ਉਹਨੂੰ ਆਹੀ ਗੱਲ ਕਹੀ ਸੀ ਕਿ ਆਪਣੇ ਹਸਬੰਡ ਬਾਰੇ ਸੋਚ ਮੈਂ ਵੀ ਇਸ ਗੱਲ ਦਾ ਫਾਇਦਾ ਫੁਦਾ ਨਹੀਂ ਚੱਕਿਆ ਕਿਉਂਕਿ ਮੈਨੂੰ ਹਰ ਘਰਦਿਆਂ ਨੇ ਸਿਖਾਇਆ ਕਿ ਇਦਾਂ ਕਰਨਾ ਨਹੀਂ ਕਦੀ ਯੂ ਆਰ ਗ੍ਰੇਟ ਸਨ ਥੈਂਕ ਯੂ ਸੋ ਮਚ ਯੂ ਆਰ ਦੀ ਬੈਸਟ ਹੈਪੀ ਦੀਵਾਲੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਔਰ ਕਿਤੇ ਤੂੰ ਦੀਵਾਲੀ ਤੋਂ ਪਹਿਲਾਂ ਨਹੀਂ ਪਟਾਕੇ ਚਲਾ ਲਿਆ ਆਪਣੇ ਸੋ ਵਿਆਹ ਤੋਂ ਪਹਿਲਾਂ ਹਾਂਜੀ ਦਿਸ ਇਜ਼ ਵੈਰੀ ਸੈਡ ਪਾਰਟ ਅਗਲੀ ਕਾਲ ਹੈਲੋ ਤੁਸੀਂ ਲਾਈਨ ਤੇ ਹੋ ਜੀ ਹਾਂਜੀ ਬਾਸੀ ਸਾਹਿਬ ਮੈਂ ਤਾਂ ਐ ਕਹਿਣਾ ਸੀਗਾ ਜੀ ਇੱਥੇ ਕੁੜੀਆਂ ਅੱਜ ਕੱਲ ਆ ਕੇ ਬੁਆਏਫ੍ਰੈਂਡ ਨਹੀਂ ਉਬਰ ਡਰਾਈਵਰ ਭਾਲਦੀਆਂ ਜੀ ਵੀ ਇਹਨਾਂ ਨੂੰ ਕੰਮ ਤੇ ਕੋਈ ਛੱਡ ਕੇ ਆਵੇ ਤੇ ਕੋਈ ਲੈ ਕੇ ਆਵੇ ਤੇ ਸਾਨੂੰ ਕੋਈ ਗਰੋਸਰੀ ਕਰਾਵੇ ਉਹ ਮੁੰਡੇ ਨੂੰ ਕਹੋ ਹੁਣ ਤਾਂ ਤੂੰ ਰੱਬ ਦਾ ਨਾਂ ਲੈ ਭਾਈ ਹਾਂਜੀ ਭਾਜੀ ਆਈ ਸੀ ਉਹ ਕਹਿੰਦਾ ਹਾਂਜੀ ਮੁੰਡਾ ਕਹੇ ਹਾਂਜੀ ਕਮ ਔਨ ਬੇਬੀ ਔਖਾ ਹੀ ਆ ਸਰ ਹੁਣ ਤਾਂ ਹਾਂਜੀ ਹੁਣ ਤਾਂ ਸਰ ਉਹਨੇ ਮੇਰੇ ਤੇ ਕੇਸ ਕਰਾਤਾ ਜੀ ਉਲਟਾ ਤੁਹਾਡੇ ਤੇ ਕੇਸ ਕਰਾਤਾ ਹਾਂਜੀ ਉਹਨੇ ਡਾਟ ਬਟ ਤੁਸੀਂ ਮੈਨੂੰ ਕਾਲ ਕਰਿਓ ਤੁਹਾਡੀ ਕੇਸ ਵਿੱਚ ਮੈਂ ਮਦਦ ਕਰਾਂਗਾ ਕਾਨੂੰਨ ਜਿੱਥੇ ਤੱਕ ਮੈਨੂੰ ਅੱਗੇ ਦੇਵੇਗਾ ਮੈਂ ਤੁਹਾਨੂੰ ਵਾਅਦਾ ਕਰਦਾ ਪਰ ਤੁਸੀਂ ਵੀ ਓਕੇ ਅਗਲੀ ਕਾਲ ਜੀ ਨੈਕਸਟ ਕਾਲ ਸਤਿ ਸ਼੍ਰੀ ਅਕਾਲ ਜੀ ਬਲਜਿੰਦਰ ਤੁਸੀਂ ਲਾਈਨ ਤੇ ਹੋ ਮਿਸਟਰ ਬਲਜਿੰਦਰ ਗੱਲ ਲਾਈਨ ਤੇ ਹੋ ਆਪ ਜੀ ਹੈਲੋ ਤੁਸੀਂ ਲਾਈਨ ਤੇ ਸਰ ਗੱਲ ਸਾਹਿਬ ਲਾਈਨ ਤੇ ਹੋ ਆਪ ਜੀ ਜੀ ਇਹ ਤਾਂ ਬਸ ਸਾਹਿਬ ਪਰ ਇੱਕ ਗੱਲ ਆ ਵੀ ਇਹਨਾਂ ਲੋਕ ਆ ਰਹੀਆਂ ਇੱਥੇ ਕੁੜੀਆਂ ਇਹਦੇ ਮਾਪਿਆਂ ਦਾ ਵੀ ਕਸੂਰ ਹੈ ਵਿੱਚ ਜਿਹੜੇ ਮਾਂ ਬਾਪ ਆ ਉਹਨਾਂ ਉਹ ਕਿਉਂ ਨਹੀਂ ਕੁਛ ਕਰ ਰਹੇ ਵੀ ਉਹਨਾਂ ਦੀ ਕੁੜੀ ਇਹ ਕਰ ਰਹੀ ਆ ਕੁੜੀਆਂ ਨੂੰ ਕਹੀ ਜਾਂਦੇ ਮਾਂ ਬਾਪ ਕਿਹੋ ਜਿਹੀ ਆਪਦੇ ਬੱਚਿਆਂ ਨੂੰ ਸਿੱਖਿਆ ਦੇ ਰਹੇ ਆ ਠੀਕ ਜੀ ਆਓ ਤੁਸੀਂ ਦੱਸੋ ਕਿ ਇਸ ਲੜਕੇ ਵਿੱਚ ਤੁਹਾਨੂੰ ਕਸੂਰ ਲੱਗਦਾ ਔਰ ਇਹ ਵਨ ਸਾਈਡ ਸਟੋਰੀ ਹੈ ਜਿਹੜੀ ਮਨਮੀਤ ਆ ਜਿਹੜੀ ਸੋਨੀਆ ਅਸੀਂ ਉਹਨੂੰ ਕਹਾਂਗੇ ਕਿ ਉਹ ਆਪਣੇ ਪੱਖ ਪੇਸ਼ ਕਰਨ ਲਈ ਸਾਨੂੰ ਕੱਲ ਨੂੰ ਕਾਲ ਕਰ ਸਕਦੀ ਹੈ ਔਰ ਅਸੀਂ ਉਸ ਬਾਰੇ ਵਿੱਚ ਲੋਕਾਂ ਲੈ ਕੇ ਆਵਾਂਗੇ ਹਾਂਜੀ ਕਾਲਰ ਬੋਲੋ ਜੀ ਹਾਂਜੀ ਮੈਂ ਗੁਰਪ੍ਰੀਤ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਇਹਨਾਂ ਦੇ ਵਿਆਹ ਦੀ ਡੇਟ ਫਿਕਸ ਹੁੰਦੀ ਹੈ ਤੇ ਇਹ ਉਹ ਕੁੜੀ ਦੇ ਜਾਣ ਤੋਂ 2 ਦਿਨ ਪਹਿਲਾਂ ਤੱਕ ਵਿਆਹ ਫਿਕਸ ਕਰਦੇ ਆ ਪਹਿਲਾਂ ਕਿਉਂ ਨਹੀਂ ਕੀਤਾ ਇਹਨਾਂ ਨੇ ਹਾਂਜੀ ਗੁਰਪ੍ਰੀਤ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਦੋਂ ਇਹਨਾਂ ਨੇ ਵਿਆਹ ਦੀ ਡੇਟ ਫਿਕਸ ਕੀਤੀ ਜਦੋਂ ਕੁੜੀ ਨੇ 2 ਦਿਨ ਨੂੰ 4 ਦਿਨ ਨੂੰ ਜਾਣਾ ਸੀ ਤੇ ਉਦੋਂ ਪਹਿਲਾਂ ਇਹ ਗੈਪ ਰੱਖ ਕੇ ਕਿਉਂ ਨਹੀਂ ਵਿਆਹ ਫਿਕਸ ਕਰਦੇ ਹੁੰਦੇ ਕੀ ਕਰਦੇ ਹੁੰਦੇ ਜਿੱਦਾਂ ਵਿਆਹ ਜਦੋਂ ਹੁਣ ਕੁੜੀ ਦੇ ਕੈਨੇਡਾ ਜਾਣ ਨੂੰ ਮਹੀਨਾ ਹੋਵੇ 2 ਮਹੀਨੇ ਹੋਣ ਉਸ ਤੋਂ ਪਹਿਲਾਂ ਇਹਨਾਂ ਨੂੰ ਵਿਆਹ ਫਿਕਸ ਕਰਨਾ ਚਾਹੀਦਾ ਇਹ ਅਗਲੇ ਦੇ ਜਾਣ ਤੋਂ ਪਹਿਲਾਂ ਹੀ ਵਿਆਹ ਫਿਕਸ ਕਰ ਲੈਂਦੇ ਜਸਟ ਅ ਫਿਊ ਡੇਜ਼ ਪਹਿਲਾਂ ਤੁਹਾਡਾ ਕੁਐਸਚਨ ਜਿਹੜਾ ਆ ਤੁਸੀਂ ਗੱਲ ਸਮਝ ਰਹੇ ਉਹਨਾਂ ਨੂੰ ਆਈਲਟ ਕਰ ਲਈ ਉਹਨਾਂ ਨੂੰ ਵੀਜ਼ਾ ਆ ਗਿਆ ਤਾਂ ਉਹ ਵੀਜ਼ੇ ਦੇ ਉਹਨਾਂ ਪੈਸੇ ਦੀ ਲੋੜ ਸੀ ਫੀਸ ਦੀ ਉਹ ਨਾ ਮੰਨਿਆ ਆ ਤਾਂ ਇਹਨਾਂ ਨੇ ਫੀਸ ਵਾਲੇ ਬੰਦੇ ਮਿਲ ਕੇ ਫਟਾਫਟ ਵਿਆਹ ਕਰ ਲਿਆ ਗੱਲ ਆਇਆ ਜੀ ਕਿਉਂਕਿ ਉਸ ਤੋਂ ਬਾਅਦ ਫਿਰ ਉਹਨਾਂ ਨੇ ਟਾਈਮ ਸਰ ਕੈਨੇਡਾ ਵੀ ਆਉਣਾ ਹੁੰਦਾ ਅਗਲੀ ਕਾਲ ਕਈ ਲੋਕ ਸਮਝਦੇ ਨਹੀਂ ਕਿ ਸਵਾਲ ਕੀ ਕਰਨਾ ਹਾਂਜੀ ਬੋਲੋ ਜੀ ਕਾਲਰ ਬੋਲੋ ਜੀ ਕਾਲਰ ਤੁਸੀਂ ਲਾਈਨ ਤੇ ਹੋ ਸਿਰ ਸਾਹਿਬ ਜੇ ਪੁੱਛੋ ਸਿਰ 47 ਨੂੰ ਕਿ ਚਾਹੇ ਤਾਂ ਆਪਣੇ ਸਮਝਾਉਣ ਚ ਪ੍ਰੋਬਲਮ ਆ ਚਾਹੇ ਤੁਸੀਂ ਹੋਲਡ ਕਰ ਲੈਂਦੇ ਲਾਈਨ ਆਈ ਡੋਂਟ ਨੋ ਕਿ ਚੱਕਰ ਕੀ ਹੈ ਬਾਕੀ ਸਾਹਿਬ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਜੀ ਜੀ ਜਲਦੀ ਕਰੋ ਹਾਂ
हाँ जी सर, ये कुड़ी ने भी मेरे केस कराता उधरों एनआरआई थाने से रिपोर्ट देती जी, वो तो बाद जो डैडी ने कुड़ी के डैडी ने भी साढ़े रिपोर्ट देती। कुड़ी ने रिपोर्ट की दी एनआरआई थाने नु दसो चार्ज कर जज साहब की जजमेंट नहीं हले आई, पुलिस चार्ज जी करना वक्री आ और कनवैक्ट होना वक्री गल है और थोड़े को पूरे हक ने कोर्ट में जानते अगर जो पुलिस अफसर ने कितने ताही वरती है पुलिस मैन आसो कैन बी चार्ज जो पुलिस होल्ड ऑन प्लीज यू मस्ट लिसन टू मी प्लीज कम ऑन बेबी और पुलिस का मतलब मैटर नहीं मुड़ के बार कहो जे हालात में ही हो सकता किसी के प्रैशर थले आ के तुम कह रहे थे कोई प्रैशर पा रहे इन्हों पुलिस को। हाँ जी सर, एस एस पी साड़ी इनक्वायरी भी हो गई सर, सारा कुछ हो गया, एस एस पी उते साइन नहीं कर रहा, पास नहीं कर रहा जी पर्चा। कारण की है पता नहीं, कहता दोबारा इनक्वायरी की जाए जबकि एस एस पी का सर मतलब ही नहीं बनता दोबारा इनक्वायरी कराने का। नहीं एस एस पी नहीं हो ना, मैं एस एस पी हाँ। एसएसपी मेरे ख्याल के पहला होर सी हुण नवे आए ने थोड़े महीने तो नवजोत माल ने रखा ना तुहाडे माल। हाँ जी हाँ जी, नवजोत माल बड़े सियाने अफसर ने और आई एम प्रेटी श्योर के उन्हां दा क्योंकि पहले एस एस पी ने अपना नजरिया देखिया और नवे एस एस पी साहब ने चंगा चंगी गल कही उन्होंने तुहानू तुहाडी फेवर च है कि इहदी इनक्वायरी की जाए। सो इनक्वायरी करने तो बाद हो सकता है कि परचा कैंसल कर सकदे एस एस पी साहब। सर जदों मेरा परचा उन्हां कोल गया नवजोत सिंह माल ही सी सर उत्थे जदों गया परचा दिस ओके दुबारा कई बार जिहड़े अफसर थले वाले हुंदे ने ओह हेर फेर कर जांदे ने बट एस एस पी फॉर श्योर तुहानू इंसाफ देणगे। ओके हाँ जी हाँ जी। अगली कॉल, सत श्री अकाल जी। हैलो जी जी की करना चाहो, जल्दी करो सर, समय 30 सेकंड 20 सेकंड। ਇਹ ਕਿਵੇਂ ਚੱਲ ਰਿਹਾ ਜੀ? ਮੇਨ ਪ੍ਰੋਬਲਮ ਆਪਣੀ ਇੱਥੇ ਆਉਂਦੀ ਆ ਕਿ ਜਦੋਂ ਆਪਾਂ ਕੁੜੀਆਂ ਤਾਂ ਜਾਂਦੀਆਂ ਆ ਤੇ ਉੱਥੇ ਜਿਹੜਾ ਸਿੰਗਲ ਕੁੜੀਆਂ ਹੁੰਦੀਆਂ ਜਿੱਦਾਂ ਆਪਣੇ ਵਿਆਹ ਨਹੀਂ ਹੋਇਆ ਹੁੰਦਾ ਉਹਨਾਂ ਦਾ ਰਹਿੰਦੀਆਂ ਆ ਤੇ ਉਹਨਾਂ ਦੇ ਘਰੇ ਜੀ ਬੁਆਏਫ੍ਰੈਂਡ ਆਉਂਦੇ ਆ ਤੇ ਜਿਹੜੇ ਘਰ ਵਾਲੇ ਉਹਨਾਂ ਨੂੰ ਮਨਾ ਕਰਨਾ ਚਾਹੀਦਾ ਵੀ ਹੁਣ ਘਰ ਕੁੜੀ ਮੁੰਡਾ ਨਾ ਲੈ ਕੇ ਆ ਸਕੇ ਤੇ ਇਦਾਂ ਕਰਕੇ ਬਾਜੀ ਕੁੜੀਆਂ ਹੋਰ ਵੀ ਵਿਕਦੀਆਂ ਜੀ ਉਹਨਾਂ ਨਾਲ। थैंक यू सो मच। हांजी अगली कॉल बोलो जी। जी बस जी अगली कॉल तो भी जाने पर उस तो पहला फ्रेंड्स फर्नीचर दा संदेश दे। हां जी बहुत जरूरी, फ्रेंड्स फर्नीचर नु असि अज आ फ्रेंड फर्नीचर दी जानकारी देना चाहेंगे जेडे के असि बहुत जरूरी आओ इस सेगमेंट विच फ्रेंड्स फर्नीचर दी जानकारी देना चाहेंगे। देखो जे टेलीविजन वाला फ्रेंड्स फर्नीचर ते ए पिया है सोफा, ए कल्ला सोफा नहीं है, ए ते कई रंग ने, ए एक ऐसा सोफा है जेड़ा थाने दिखाल दे कि रात नु तुसी जे दिन नु जे आराम करना ते बैठ किवें बणदा है। आ देख लो बैड बन गया मिनटा च ही, हाँ तुम कहो ये अपने आप बैड बन जाता तो अपने आप सोफा बन जाता, दिखाई तुम यह सोफा बनाई होने इस बैड का। ओके चलो आ लो ये सोफा बन गया, सोफे देख लो कि तुम दो ट्रे रख सकते हो अपने ट्रे इन्हों कप होल्डर ने आ सोफा मिनट कह सोफा बन जा सोफा बन जाता बैड बन जा बैड बन जाता। कैन यू बिलीव इट कि है वैसे सोफा तो यह बन जाता बैड कहते बन जाता अपने आप। सो तुम अपने घर में लाना चाहते हो तो यह पिछले हफ्ते इन्होंने $399 बेचा से बहर ही 600-700 का बिकता है पर अज असी थोड़े लिए $350 बेच रहे हैं। सर साहब तुम गल करो प्लीज काइंडली हैल्प मी आउट जी क्योंकि थोड़ा पाई सौ पता 350 च है। नहीं 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 350 नहीं जी 349 ਦੇ ਵਿੱਚ ਜੀ। ਆਈ ਸੀ ਖੈਰ 350 349 ਔਰ ਡਾਲਰ ਘੱਟ ਹੈ ਸੋ $349 ਵਿੱਚ ਅਸੀਂ ਦੇ ਰਹੇ ਹਾਂ। ਸੋ ਆਓ ਇਹ $349 ਦੇ ਵਿੱਚ ਕੋਈ ਟੈਕਸ ਨਹੀਂ ਹੈ, ਤੁਸੀਂ ਅੱਜ ਆਓ ਸੋਫਾ ਲੈ ਜਾਓ, ਇਹ ਸਰ 5 ਪੀਸ ਨੇ। ਆਓ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫਿਰ ਕਿ ਇੱਕ ਐਸਾ ਸੋਫਾ ਆ ਸੋ ਜਿਹਦੇ ਵਿੱਚ ਜੀ ਹਾਂ ਤੁਸੀਂ ਦੇਖੋਗੇ ਇਹ ਪੂਰਾ ਬੈੱਡ ਬਣ ਜਾਂਦਾ ਔਰ ਡਬਲ ਬੈੱਡ ਬਣਦਾ ਹੈ और ये सोफा है और ये बैड बन जाता है, ये 5 पीस ने। सो जस्ट $350-350 क्यों जी सर $1 कट। सो नंबर नोट करो, बुक करो 6476485951 647-648-5951 से कॉल कर सकते हो। सो 6476485951 से कॉल कर सकते हो। अपने गुरप्रीत ये स्टोरी जी अधूरी है, असं कल कोशिश करेंगे कि थोड़ी वाइफ मनमीन अते छोटा नाम सोनिया ने गलबात की जा सके ते नाल दी नाल जिहड़ी इहने एनआरआई नू रिपोर्ट दित्ती है कि दाज मंगदे आ उह इक झूठ है, पुलिस अफसर नू पता होना चाहिए उह किहड़ा पुलिस अफसर है कि जिसने दर्ज कुछ उह कहिंदी है कि इत्थे रहिंदा इत्थे आ दाज कहदे पर मंगणा तूं तां कैनेडा आउण दी खातर ब्याह कीता इह किवें हो सकदा। पुलिस अफसर नाम की सी इहदा पता कुछ तुहानू जिहने चार्जशीट लाई आ
ਨਾਮ ਕੀ ਸੀ ਉਹਦਾ? ਇੱਕ ਮਿੰਟ ਰੁਕੋ ਸਰ, ਤੁਹਾਨੂੰ ਇਹ ਨਹੀਂ ਪਤਾ ਕਿ ਨਾਮ ਕੀ ਹੈ? ਕਮਾਲ ਦੇ ਲੋਕ ਨੇ ਇੰਡੀਆ ਦੇ। ਐਨੀਵੇ ਬੀਬੀਸੀ ਦਾ ਸਾਰਾ ਨੰਬਰ। ਹਾਂਜੀ, ਸੁਖਜਿੰਦਰ ਸਿੰਘ। ਸੁਖਜਿੰਦਰ ਸਿੰਘ ਕਿੱਥੇ ਲੱਗਾ ਹੋਇਆ ਇਹ? ਐਨਆਰਆਈ ਥਾਣੇ ਹੁਸ਼ਿਆਰਪੁਰ ਹੈ ਜੀ। ਐਸਐਚਓ ਇਨਸਪੈਕਟਰ ਹੈ ਇਹ? ਏਐਸਆਈ ਹੈ ਜੀ। ਏਐਸਆਈ ਹੈ ਇਹਦੀ। ਤੁਸੀਂ ਕੰਪਲੇਂਟ ਲਿਖ ਕੇ ਭੇਜੋ ਔਰ ਤੁਸੀਂ ਡੀਜੀਪੀ ਕੋਲ ਜਾਓ ਔਰ ਨਹੀਂ ਤੁਸੀਂ ਈਮੇਲ ਕਰ ਦਿਓ। ਡੀਜੀਪੀ ਫਾਰ ਸ਼ੋਰ ਐਕਸ਼ਨ ਲੈਣਗੇ, ਕਿਉਂਕਿ ਬਟ ਇਟਸ ਨੌਨਸੈਂਸ। ਇਹ ਕਿਵੇਂ ਹੋ ਸਕਦਾ ਕਿ ਇੱਕ ਵਿਅਕਤੀ ਇੱਥੇ ਰਹਿ ਰਹੇ ਹੋਏ ਜਿਹੜੇ ਪੰਜਾਬ ਦੇ ਡੀਜੀਪੀ ਨੇ, ਉਹ ਇਨਸਾਫ ਪਸੰਦ ਨੇ ਔਰ ਹੋ ਸਕਦਾ ਕਿ ਇਸ ਪੁਲਿਸ ਅਫਸਰ ਨੂੰ ਸਸਪੈਂਡ ਵੀ ਕਰ ਸਕਦੇ ਨੇ। ਹੋ ਸਕਦਾ ਹੈ ਸਰ। ਇੱਕ ਮੈਂ ਤੁਹਾਨੂੰ ਹੋਰ ਗੱਲ, ਹਾਂਜੀ, ਆਈ ਡੋਟ ਹੈਵ ਟਾਈਮ ਨਾਓ, ਟਾਈਮ ਇਜ਼ ਓਵਰ। ਅਸੀਂ ਇਸ ਸਟੋਰੀ ਨੂੰ ਅਧੂਰੀ ਛੱਡਦੇ ਹਾਂ ਔਰ ਇਹ ਤੁਹਾਡੇ ਕਹਿਣ ਦੇ ਮੁਤਾਬਕ ਸਟੋਰੀ ਨੂੰ ਵਨ ਸਾਈਡ ਨੂੰ ਕਵਰ ਕੀਤਾ ਔਰ ਇਹ ਸੋਨੀਆ ਦੀ ਗੱਲ ਹੈ ਕਿ ਦਾਜ ਮੰਗਦੀ ਹੈ, ਤੁਸੀਂ ਮੰਗਦੇ ਹੋ, ਇਹ ਮੈਂ ਕਦੇ ਵੀ ਮੰਨ ਨਹੀਂ ਸਕਦਾ ਕਿ ਸੱਚ ਹੈ ਦਾਜ ਤੁਸੀਂ ਮੰਗਿਆ ਹੋਵੇਗਾ। ਇਹ ਕੋਈ ਕਰਦੀਆਂ ਕੁੜੀਆਂ ਕੋਈ ਬਹਾਨੇ ਲਾਉਂਦੀਆਂ। ਜੇ ਹੁਣ ਕੁੜੀ ਇੰਡੀਆ ਵਿੱਚ ਹੁੰਦੀ ਤੇ ਇਹਨੇ ਤੇਰੇ ਪੇ ਤੇ ਲਾਉਣੇ ਸੀਗੇ ਕਿ ਤੇਰਾ ਫਾਦਰ ਜਿਹੜਾ ਆ ਉਹ ਮੇਰੇ ਨਾਲ ਰਿਲੇਸ਼ਨ ਬਣਾਉਣੇ ਚਾਹੁੰਦਾ ਆ। ਸੋ ਇਹੋ ਜਿਹੇ ਬਹਾਨੇ ਦੇ ਨਾਲ ਇਹ ਚਾਰਜ ਕਰਾਉਂਦੀਆਂ ਨੇ, ਕੈਨੇਡਾ ਵਿੱਚ ਵੇਦੇ ਕਰਦੀਆਂ, ਇੰਡੀਆ 'ਚ ਵੇਦੇ ਕਰਦੀਆਂ। ਇਹ ਵੱਡੀ ਗਿਣਤੀ ਦਿਨ ਦਿਨ ਵੱਧਦੀ ਜਾ ਰਹੀ ਹੈ, ਪਰ ਕਿੰਨੀ ਕੁ ਕੁੜੀਆਂ ਨੇ ਅਸੀਂ, ਪਰ ਬਹੁਤ ਸਾਰੀਆਂ ਧੀਆਂ ਚੰਗੀਆਂ ਵੀ ਬਹੁਤ ਚੰਗੇ ਘਰਾਣੇ ਦੀਆਂ, ਅਸੀਂ ਉਹਨੂੰ ਸਤਿਕਾਰ ਕਰਦੇ ਹਾਂ। ਸੋ